लॉकडाउन टेक्सटेड यूट्यूब चैनल सो टुडे इज द टॉपिक ऑफ सिंक्रोनस डेटा ट्रांसमिशन लास्ट टॉपिक ਆਪਾਂ ਪੜਿਆ ਸੀ ਅਸਿੰਕ੍ਰੋਨਸ ਡੇਟਾ ਟ੍ਰਾਂਸਮਿਸ਼ਨ ਸੋ ਦੇਖਦੇ ਹਾਂ ਜਲਦੀ ਨਾਲ ਇਹਦੇ ਵਿੱਚ ਫਰੇਮ ਯੂਜ਼ ਕੀਤੇ ਜਾਂਦਾ ਮਤਲਬ ਕਿ ਇੱਕ ਲੌਂਗਰ ਫਰੇਮ ਯੂਜ਼ ਕੀਤਾ ਜਾਂਦਾ ਆ ਉਸ ਲੌਂਗਰ ਫਰੇਮ ਦੇ ਵਿੱਚ ਜਿਹੜਾ ਆ ਮਲਟੀਪਲ ਬਾਈਟਸ ਹੁੰਦੀਆਂ ਆ ਤੇ ਉਹਨਾਂ ਮਲਟੀਪਲ ਬਾਈਟਸ ਨੂੰ ਜਿਹੜਾ ਆ ਸੈਂਡ ਟੂ ਰਿਸੀਵਰ ਤੱਕ ਸੈਂਡ ਕੀਤਾ ਜਾਂਦਾ ਆ ਇਹਦੇ ਵਿੱਚ ਨਾ ਤਾਂ ਆਪਾਂ ਸਟਾਰਟ ਬਿਟ ਯੂਜ਼ ਕੀਤੀ ਜਾਂਦੀ ਆ ਨਾ ਸਟਾਪ ਬਿਟ ਯੂਜ਼ ਕੀਤੀ ਜਾਂਦੀ ਆ ਇਹਦੇ ਵਿੱਚ ਕਲੌਕ ਬਿਟ ਜਿਹੜਾ ਕਲੌਕ ਪਲਸ ਆਪਾਂ ਉਹ ਯੂਜ਼ ਕਰਦੇ ਆ ਬਟ ਜਿਹੜਾ ਕਲੌਕ ਪਲਸ ਹੁੰਦਾ ਆ ਉਸਦਾ ਕੰਮ ਵੀ ਸੇਮ ਸਟਾਰਟ ਬਿਟ ਦੀ ਤਰ੍ਹਾਂ ਸਟਾਪ ਬਿਟ ਦੀ ਤਰ੍ਹਾਂ ਹੀ ਯੂਜ਼ ਕੀਤਾ ਜਾਂਦਾ ਆ ਸੋ ਇਹਨੂੰ ਆਪਾਂ ਜਿਹੜਾ ਐਗਜ਼ਾਮਪਲ ਦੇ ਨਾਲ ਦੇਖਦੇ ਆ ਦੇਖੋ ਸੈਂਡਰ ਐਂਡ ਰਿਸੀਵਰ ਆਪਣੇ ਕੋ ਹੈ ਸੋ ਡੇਟਾ ਫਲੋ ਸੇਮ ਹੋਈ ਇਹੀ ਹੋਵੇਗਾ ਆਪਣੇ ਕੋਲ ਸੋ ਇੱਥੇ ਜਿਹੜਾ ਇੱਕ ਲੌਂਗ ਫਰੇਮ ਯੂਜ਼ ਕੀਤਾ ਜਾਂਦਾ ਆ ਦੇਖੋ ਇਸ ਤਰ੍ਹਾਂ ਇੱਕ ਲੌਂਗ ਫਰੇਮ ਯੂਜ਼ ਕੀਤਾ ਜਾਂਦਾ ਆ ਇਹਦੇ ਵਿੱਚ ਹੀ ਜਿਹੜਾ ਲੌਂਗ ਫਰੇਮ ਆ ਇਹਨੂੰ ਜਿਹੜਾ ਆ ਬਲੌਕਸ ਦੇ ਵਿੱਚ ਮਤਲਬ ਕਿ ਡਿਵਾਈਡ ਕਰ ਦਿੱਤਾ ਜਾਂਦਾ ਹੈ ਸਪੋਜ਼ ਮੈਂ ਤਿੰਨ ਬਲੌਕਸ ਦੇ ਵਿੱਚ ਡਿਵਾਈਡ ਕਰ ਲੈਂਦੀ ਆ ਸੋ ਇਹਦੇ ਵਿੱਚ ਜਿਹੜਾ ਆ ਅਲੱਗ-ਅਲੱਗ ਬਾਈਟਸ ਹੁੰਦੀਆਂ ਆ 10 10 10 10 ਮਤਲਬ 8 ਬਿਟਸ ਦਾ 1 ਬਾਈਟ ਹੋ ਗਿਆ ਸੋ ਇਸੇ ਤਰ੍ਹਾਂ ਸੈਕੰਡ ਬਲੌਕ ਵੀ 10 10 11 10 ਸੋ ਇਸ ਤਰ੍ਹਾਂ ਹੋ ਗਿਆ ਤੁਸੀਂ ਕੋਈ ਵੀ ਬਾਈਟਸ ਲੈ ਸਕਦੇ ਹੋ ਮੈਂ ਇਸ ਐਗਜ਼ਾਮਪਲ ਦੇ ਲਈ ਇਹ ਲੈ ਰਹੀ ਆ ਸੋ ਇਹ ਜਿਹੜੇ ਆਪਣੇ ਕੋ ਤਿੰਨ ਮਤਲਬ ਕਿ ਬਾਈਟ ਹੋ ਗਈਆਂ ਇਹ ਇੱਕ ਹੀ ਫਰੇਮ ਦੇ ਵਿੱਚ ਆਉਂਦੀਆਂ ਆ ਇੱਕ ਹੀ ਫਰੇਮ ਦੇ ਵਿੱਚ ਅਲੱਗ-ਅਲੱਗ ਇਹਨਾਂ ਦੇ ਬਲੌਕ ਬਣਦੇ ਆ ਤੇ ਇਸ ਨੂੰ ਆਪਾਂ ਸੈਂਡਰ ਟੂ ਰਿਸੀਵਰ ਤੱਕ ਸੈਂਡ ਕੀਤਾ ਜਾਂਦਾ ਇਹਦੇ ਵਿੱਚ ਨਾ ਤਾਂ ਆਪਾਂ ਸਟਾਰਟ ਬਿਟ ਯੂਜ਼ ਕੀਤੀ ਜਾਂਦੀ ਆ ਨਾ ਹੀ ਸਟਾਪ ਬਿਟ ਯੂਜ਼ ਕੀਤੀ ਜਾਂਦੀ ਆ ਫਸਟ ਆਫ ਆਲ ਜੇ ਆਪਾਂ ਇਹਦੇ ਬਾਰੇ ਦੱਸੀਏ ਤਾਂ ਇਟ ਇਜ਼ ਯੂਜ਼ਡ ਲੌਂਗਰ ਫਰੇਮ and this frame contain multiple bytes use kitiyan nahi aaya so second the apan ki keh sakde ha it transmitted the data as blocks मतलब कि blocks की form दे विच जड़ा है data जड़ा है send किता जांदा block block जड़ा है वो पूरा दा पूरा send किता जांदा है third इदे विच की आ it does not used clock sorry start bit and stop bit but it is used clock pulse and clock pulse used as a start and stop bit पर इसका की मतलब है देखो एक ही कहते हैं कि ए यूज नहीं करता स्टार्ट एंड स्टॉप बिट मतलब कि अपन ना तो स्टार्ट बिट यूज की यानी ना ही स्टॉप मतलब कि एक्स्ट्रा बिट्स ਦੇ ਵਿੱਚ ਨਹੀਂ ਲਗਾਈਆਂ ਜਾਂਦੀਆਂ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਕਿ ਅਸਿੰਕ੍ਰੋਨਸ ਦੇ ਵਿੱਚ ਕੀ ਸੀਗਾ ਕਿ ਐਕਸਟਰਾ ਬਿਟਸ ਲਗਾਈਆਂ ਜਾਂਦੀਆਂ ਸੀ ਮਤਲਬ ਸਟਾਰਟ ਬਿਟ ਤੇ ਸਟਾਪ ਬਿਟ ਲਗਾਇਆ ਜਾਂਦਾ ਸੀ ਸੈਂਡਰ ਟੂ ਰਿਸੀਵਰ ਤੱਕ ਡੇਟਾ ਟ੍ਰਾਂਸਫਰ ਕਰਨ ਦੇ ਲਈ ਇਹਦੇ ਵਿੱਚ ਇਹ ਤਾਂ ਨਹੀਂ ਯੂਜ਼ ਕੀਤੇ ਜਾਂਦੀਆਂ ਬਟ ਇਹਦੇ ਵਿੱਚ ਕਲੌਕ ਪਲਸ ਯੂਜ਼ ਕੀਤੀ ਜਾਂਦੀ ਹੈ ਤੇ ਕਲੌਕ ਪਲਸ ਨੂੰ ਆਪਾਂ ਕੀ ਕਰਦੇ ਹਾਂ ਕਲੌਕ ਪਲਸ ਯੂਜ਼ਡ ਐਜ਼ ਅ ਸਟਾਰਟ ਬਿਟ ਐਂਡ ਸਟਾਪ ਬਿਟ ਮਤਲਬ ਕਿ ਇਹਦਾ ਕਲੌਕ ਪਲਸ ਦਾ ਕੰਮ ਜਿਹੜਾ ਹੈ ਉਹ ਸੇਮ ਸਟਾਰਟ ਬਿਟ ਤੇ ਸਟਾਪ ਬਿਟ ਵਾਂਗੂ ਹੁੰਦਾ ਹੈ ਸਟਾਰਟ ਬਿਟ ਦਾ ਕੰਮ ਕੀ ਸੀਗਾ ਰਿਸੀਵਰ ਨੂੰ ਅਲਰਟ ਕਰਨਾ ਕਿ ਡੇਟਾ ਬਿਟਸ ਦਾ ਨਿਊ ਗਰੁੱਪ ਜਿਹੜਾ ਅਰਾਈਵ ਹੋ ਚੁੱਕਾ ਆ ਤੇ ਸਟਾਪ ਬਿਟ ਦਾ ਕੀ ਕੰਮ ਸੀਗਾ ਕਿ ਦੱਸਣਾ ਰਿਸੀਵਰ ਨੂੰ ਦੱਸਣਾ ਮੈਸੇਜ ਕਰਨਾ ਕਿ ਐਂਡ ਡੇਟਾ ਹੋ ਚੁੱਕਾ ਮਤਲਬ ਕਿ ਡੇਟਾ ਫਿਨਿਸ਼ ਹੋ ਚੁੱਕਾ ਸੈਂਡ ਹੋ ਚੁੱਕਾ ਆ ਸੋ ਇੱਥੇ ਜਿਹੜਾ ਕਲੌਕ ਪਲਸ ਯੂਜ਼ ਕੀਤਾ ਜਾਂਦਾ ਉਹ ਐਜ਼ ਅ ਸਟਾਰਟ ਬਿਟ ਐਂਡ ਸਟਾਪ ਬਿਟ ਹੀ ਯੂਜ਼ ਕੀਤਾ ਜਾਂਦਾ ਮਤਲਬ ਕਿ ਕਲੌਕ ਪਲਸ ਦਾ ਇੱਥੇ ਕੰਮ ਸੇਮ ਉਹੀ ਹੁੰਦਾ ਆ ਕਿ ਰਿਸੀਵਰ ਨੂੰ ਅਲਰਟ ਕਰਨਾ ਕਿ ਜਿਹੜਾ ਕਿ ਨਿਊ ਗਰੁੱਪ ਆ ਚੁੱਕਾ ਆ ਤੇ ਨਾਲ ਹੀ ਰਿਸੀਵਰ ਨੂੰ ਅਲਰਟ ਕਰਨਾ ਜਦੋਂ ਡੇਟਾ ਸਾਰਾ ਸੈਂਡ ਹੋ ਗਿਆ ਕਿ ਐਂਡ ਆਫ ਡੇਟਾ ਹੋ ਚੁੱਕਾ ਆ ਸੋ ਇਹ ਜਿਹੜੇ ਦੋ ਕੰਮ ਆ ਇਹ ਕਲੌਕ ਪਲਸ ਦਾ ਹੀ ਕੰਮ ਹੁੰਦਾ ਆ ਸੋ ਇਹ ਜਿਹੜਾ ਆਪਣਾ ਡੇਟਾ ਆ ਇਹ ਜਿਹੜਾ ਇਹਦਾ ਸੈਂਡ ਹੁੰਦਾ ਸੋ ਇਹਦੇ ਵਿੱਚ ਫੋਰਥ ਪੁਆਇੰਟ ਕੀ ਬਣਦਾ ਆ ਫੋਰਥ ਪੁਆਇੰਟ ਇਹਦੇ ਵਿੱਚ ਬਣਦਾ ਆ ਕਿ ਇਹਦੇ ਵਿੱਚ देयर इज नो गैप बिटवीन डेटा बाइट्स या फिर ਤੁਸੀਂ ਕਹਿ ਸਕਦੇ ਹੋ ਡੇਟਾ ਯੂਨਿਟਸ ਦੇ ਵਿੱਚ ਕੋਈ ਵੀ ਗੈਪ ਨਹੀਂ ਹੁੰਦਾ ਇਹ ਕੰਟੀਨਿਊਸਲੀ ਜਿਹੜਾ ਹੈ ਡੇਟਾ ਸੈਂਡ ਕੀਤਾ ਜਾਂਦਾ ਇਹ ਟ੍ਰਾਂਸਮਿਟ ਦਾ ਡੇਟਾ ਐਸ ਬਲੌਕ
ਇੱਥੇ ਤੁਸੀਂ ਲਿਖ ਸਕਦੇ ਹੋ ਕੰਟੀਨਿਊਸਲੀ ਕਿ ਇਹ ਕੰਟੀਨਿਊਸਲੀ ਜਿਹੜਾ ਡੇਟਾ ਹੈ ਇਹ ਸੈਂਡ ਕਰਦਾ ਇਹਦੇ ਵਿੱਚ ਕੋਈ ਵੀ ਟਾਈਮ ਇੰਟਰਵਲ ਨਹੀਂ ਹੁੰਦਾ ਇਹ ਕੰਟੀਨਿਊਸਲੀ ਜਿਹੜਾ ਡੇਟਾ ਉਹ ਟ੍ਰਾਂਸਫਰ ਕਰਦਾ ਰਹਿੰਦਾ ਆ ਤੇ ਇੱਥੇ ਜਿਹੜਾ ਡੇਟਾ ਆ ਇਸ ਡੇਟਾ ਨੂੰ ਅਲੱਗ ਅਲੱਗ ਡਿਵਾਈਡ ਕਰਕੇ ਰੱਖਣ ਦਾ ਕੰਮ ਮਤਲਬ ਕਿ ਹੁਣ ਇੱਕ ਬਾਈਟ ਆ ਇਹ ਇੱਥੇ ਮਿਕਸਅਪ ਵੀ ਤਾਂ ਹੋ ਸਕਦੀ ਆ ਇਸ ਕੰਮ ਨੂੰ ਜਿਹੜਾ ਆ ਕੌਣ ਜਿਹੜਾ ਆ ਬਚਾ ਕੇ ਰੱਖਦਾ ਆ ਮੀਨਸ ਕੀ ਹੈ ਇਹਦੇ ਵਿੱਚ ਕੀ ਆ ਸੈਂਡਰ ਕੀ ਕਰਦਾ ਆ ਸੈਂਡਰ ਜਿਹੜਾ ਆ ਸੈਂਡ ਕਰ ਦਿੰਦਾ ਆ ਸੈਂਡਸ ਦਾ ਡੇਟਾ ਸੈਂਡਰ ਕਰਦਾ ਆ ਸੈਂਡਸ ਦਾ ਡੇਟਾ ਦੈਨ ਸੈਕਿੰਡ ਦੇ ਉੱਤੇ ਜਿਹੜਾ ਰਿਸੀਵਰ ਆ ਰਿਸੀਵਰ ਕੀ ਕਰਦਾ ਆ ਰਿਸੀਵਰ ਕਾਊਂਟ ਕਰਦਾ ਰਿਸੀਵਰ ਕਾਊਂਟ ਦਾ ਰਿਸੀਵਰ ਕਾਊਂਟ ਦ ਨੰਬਰ ਆਫ ਬਿਟਸ ਥਰਡ ਇਹ ਕੀ ਕਰਦਾ ਰਿਸੀਵਰ ਉਸ ਤੋਂ ਬਾਅਦ ਰਿਸੀਵਰ ਕੀ ਕਰਦਾ ਆ ਇਹ ਰੀਕੰਸਟਰਕਟ ਕਰਦਾ ਰੀਕੰਸਟਰਕਟ ਦ ਓਰੀਜਨਲ ਇਨਫੋਰਮੇਸ਼ਨ ਮਤਲਬ ਕੀ ਆ ਇਹ ਡੇਟਾ ਨੂੰ ਜਿਹੜਾ ਆ ਇਹ ਸਾਰਾ ਜਿਹੜਾ ਆ ਉਹ ਬਣਾ ਕੇ ਰੱਖਦਾ ਆ ਸਹੀ ਕਰਕੇ ਰੱਖਦਾ ਕਿ ਜਿਹੜਾ ਡੇਟਾ ਆ ਉਹ 8 ਬਿਟਸ ਦੇ ਵਿੱਚ ਹੀ ਰਵੇ ਓਰੀਜਨਲ ਡੇਟਾ ਹੀ ਰਵੇ ਇਹ ਰਿਸੀਵਰ ਦਾ ਹੀ ਕੰਮ ਹੁੰਦਾ ਆ ਜਿਹੜਾ ਇਧਰੋਂ ਜਿਹੜਾ ਆਪਣਾ ਸੈਂਡਰ ਆ ਉਹ ਤਾਂ ਕਰ ਦਿੰਦਾ ਸੈਂਡਸ ਦਾ ਡੇਟਾ ਦੈਨ ਜਿਹੜਾ ਰਿਸੀਵਰ ਆ ਉਹ ਕਾਊਂਟ ਕਰਕੇ ਰੱਖਦਾ ਨੰਬਰ ਆਫ ਬਿਟਸ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੀਕੰਸਟਰਕਟ ਕਰਦਾ ਆ ਕਿ ਇਹ ਜਿਹੜੀਆਂ ਬਿਟਸ ਆ ਉਹ ਸਹੀ ਰਹਿਣ ਸਹੀ ਪੋਜੀਸ਼ਨ ਸਹੀ ਬਲੋਕ ਦੇ ਵਿੱਚ ਫਿੱਟ ਹੋਈਆਂ ਰਹਿਣ ਸੋ ਇਹ ਜਿਹੜਾ ਆ ਕਲੋਕ ਫ੍ਰੀਕੁਐਂਸੀ ਦੇ ਉੱਤੇ ਕੰਮ ਕਰਦਾ ਮਤਲਬ ਕਿ ਕਲੋਕ ਪਲਸ ਦੇ ਨਾਲ ਹੀ ਜਿਹੜਾ ਇਹ ਕੰਮ ਕੀਤਾ ਜਾਂਦਾ ਆ ਸੋ ਇਹ ਹੈਗੀ ਆਪਣੀ ਸਿੰਕਰੋਨਸ ਡੇਟਾ ਟ੍ਰਾਂਸਮਿਸ਼ਨ 'ਚ ਇਹਦੀ ਐਗਜ਼ਾਮਪਲ ਦੇ ਤੌਰ ਦੇ ਉੱਤੇ ਮੈਂ ਕਹਾਂ ਤਾਂ ਐਗਜ਼ਾਮਪਲ ਦੇ ਵਿੱਚ ਜਿੱਦਾਂ ਤੁਸੀਂ ਵਟਸਐਪ ਚੈਟ ਕਹਿ ਸਕਦੇ ਹੋ ਵਟਸਐਪ ਚੈਟ ਦੇ ਵਿੱਚ ਕੀ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਕੋਈ ਮੈਸੇਜ ਕਰਦੇ ਹੋ ਤਾਂ ਉਹ ਇਮੀਡੀਏਟਲੀ ਮੈਸੇਜ ਜਿਹੜਾ ਹੈ ਟ੍ਰਾਂਸਫਰ ਹੋ ਜਾਂਦਾ ਆ ਸੋ ਇਸੇ ਤਰ੍ਹਾਂ ਜਿਹੜਾ ਹੈ ਇਹਦੇ ਵਿੱਚ ਵੀ ਜਿਹੜਾ ਹੈ ਕੰਟੀਨਿਊਸਲੀ ਜਿਹੜਾ ਡੇਟਾ ਹੈ ਉਹ ਟ੍ਰਾਂਸਫਰ ਹੁੰਦਾ ਰਹਿੰਦਾ ਮਤਲਬ ਕਿ ਤੁਸੀਂ ਕਾਫੀ ਸਾਰੀਆਂ ਪਿਕਚਰ ਜਿਹੜੀਆਂ ਉਹ ਸਿਲੈਕਟ ਕਰਕੇ ਜਦੋਂ ਸੈਂਡ ਕਰਦੇ ਹਾਂ ਤਾਂ ਉਹ ਕੰਟੀਨਿਊਸਲੀ ਸੈਂਡ ਹੁੰਦੀਆਂ ਰਹਿੰਦੀਆਂ ਜਦਕਿ ਇਸ ਤਰ੍ਹਾਂ ਆਪਾਂ ਈਮੇਲ ਦੇ ਵਿੱਚ ਨਹੀਂ ਕਰ ਸਕਦੇ ਮਲਟੀਪਲ ਲੋਕਾਂ ਨੂੰ ਜੇ ਆਪਾਂ ਚੈਟ ਦੀ ਬਾਰੇ ਗੱਲ ਕਰੀਏ ਜਾਂ ਫਿਰ ਇੱਕ ਐਗਜ਼ਾਮਪਲ ਆਪਾਂ ਸੈਕਿੰਡ ਲੈ ਸਕਦੇ ਹੋ ਵੀਡੀਓ ਕਾਨਫਰੰਸ ਦੀ ਜਿੱਦਾਂ ਵੀਡੀਓ ਕਾਲ ਤੁਸੀਂ ਕਰਦੇ ਹੋ ਦੈਨ ਤੁਸੀਂ ਕੁਛ ਬੋਲਦੇ ਹੋ ਤਾਂ ਸਾਹਮਣੇ ਵਾਲੇ ਪਰਸਨ ਨੂੰ ਉਸੇ ਟਾਈਮ ਸੁਣ ਜਾਂਦਾ ਆ ਤੇ ਉਸੇ ਟਾਈਮ ਜਿਹੜਾ ਸਾਹਮਣੇ ਵਾਲਾ ਪਰਸਨ ਵੀ ਰਿਸਪੋਂਸ ਕਰਦਾ ਤਾਂ ਫਸਟ ਪਰਸਨ ਨੂੰ ਜਿਹੜਾ ਹੈ ਉਹ ਸੁਣ ਜਾਂਦਾ ਆ ਸੋ ਜਿਹੜਾ ਹੈ ਇਹਦੀ ਐਗਜ਼ਾਮਪਲ ਇੱਕ ਵੀਡੀਓ ਕਾਲ ਵੀ ਹੋ ਸਕਦੀ ਆ ਨਾਲ ਹੀ ਇੱਕ ਵਟਸਐਪ ਚੈਟ ਵੀ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਚੈਟ ਕਹਿ ਸਕਦੇ ਹੋ ਤੇ ਮਤਲਬ ਦੋ ਇਹਦੀਆਂ ਇਹ ਐਗਜ਼ਾਮਪਲ ਹੋ ਗਿਆ ਤੇ ਨਾਲ ਹੀ ਆਪਾਂ ਇਹਦੀਆਂ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਵੀ ਦੇਖ ਲੈਂਦੇ ਆ ਦੇਖੋ ਐਡਵਾਂਟੇਜਸ ਦੇ ਵਿੱਚ ਕੀ ਆ ਇਹ ਮੈਥਡ ਬਹੁਤ ਹੀ ਫਾਸਟ ਮੈਥਡ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਵੀਡੀਓ ਕਾਲ ਕਰਦੇ ਤਾਂ ਇਮੀਡੀਏਟਲੀ ਤੁਹਾਨੂੰ ਉਸਦਾ ਵੀ ਫੇਸ ਦਿਸਣਾ ਸ਼ੁਰੂ ਹੋ ਜਾਂਦਾ ਚੈਟ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤਾਂ ਇਮੀਡੀਏਟਲੀ ਜਿਹੜਾ ਆ ਉਹ ਚੈਟ ਮੈਸੇਜ ਚਲੇ ਜਾਂਦਾ ਆ ਸੋ ਇਹ ਕੀ ਹੈ ਇੱਕ ਫਾਸਟਰ ਮੈਥਡ ਆ ਸੈਕਿੰਡ ਕੀ ਹੈ ਇਹਦੇ ਵਿੱਚ ਐਗਜ਼ਾਮਪਲ ਕਿ ਸੋਰੀ ਐਡਵਾਂਟੇਜ ਇਹਦੇ ਵਿੱਚ ਕੋਈ ਵੀ ਗੈਪ ਨਹੀਂ ਹੁੰਦਾ ਨੋ ਗੈਪ ਬਿਟਵੀਨ ਡੇਟਾ ਬਾਈਟਸ ਡੇਟਾ ਬਾਈਟਸ ਦੇ ਵਿੱਚ ਕੋਈ ਵੀ ਗੈਪ ਨਹੀਂ ਹੁੰਦਾ ਸੋ ਨੈਕਸਟ ਹੈਗੀ ਆਪਣੇ ਕੋਲ ਡਿਸਐਡਵਾਂਟੇਜਸ ਡਿਸਐਡਵਾਂਟੇਜਸ ਦੇ ਵਿੱਚ ਫਸਟ ਆਪਣੇ ਕੋਲ ਕੀ ਆ ਇਹ ਮੈਥਡ ਬਹੁਤ ਹੀ ਕੋਸਟਲੀ ਹੋ ਜਾਂਦਾ ਦੇਖੋ ਜਦੋਂ ਤੁਸੀਂ ਕੋਈ ਵੀਡੀਓ ਕਾਲ ਕਿਸੇ ਨੂੰ ਕਰਨੀ ਹੈ ਤਾਂ ਦੋਨਾਂ ਦੇ ਕੋਲ ਕੀ ਆ ਸਮਾਰਟਫੋਨ ਹੋਣਾ ਜ਼ਰੂਰੀ ਆ ਜਾਂ ਫਿਰ ਤੁਸੀਂ ਜਿਹੜਾ ਆ ਆਪਣੇ ਕੰਪਿਊਟਰ ਸਿਸਟਮ ਜਿਹੜਾ ਆ ਉਹ ਪ੍ਰੋਪਰ ਵੈਬਕੈਮ ਵਗੈਰਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਵੀਡੀਓ ਕਾਲ ਜਿਹੜੀ ਆ ਉਹ ਕਰ ਸਕਦੇ ਹੋ ਸੋ ਇਹ ਕੀ ਆ ਮੈਥਡ ਇੱਕ ਕੋਸਟਲੀ ਮੈਥਡ ਆ ਮਤਲਬ ਕਿ ਸਿੰਕਰੋਨਸ ਡੇਟਾ ਟ੍ਰਾਂਸਮਿਸ਼ਨ ਕੋਸਟਲੀ ਮੈਥਡ ਆ ਸੈਕਿੰਡ ਇਹ ਮੈਥਡ ਕੰਪਲੀਕੇਟਿਡ ਵੀ ਹੋ ਜਾਂਦਾ ਹੈ ਕਿਉਂਕਿ ਹੁਣ ਇੰਨੇ ਜ਼ਿਆਦਾ ਇਹਦੇ ਵਿੱਚ ਜਿਹੜੇ ਆਪਾਂ ਨੂੰ ਹਾਈ ਪ੍ਰੋਫਾਈਲ ਜਿਹੜਾ ਡੇਟਾ ਆਪਾਂ ਨੂੰ ਮਿਲਦਾ ਹੈ ਸੋ ਇਸ ਕਰਕੇ ਕੀ ਹੈ ਇਹ ਇੱਕ ਬਹੁਤ ਹੀ ਜ਼ਿਆਦਾ ਕੰਪਲੀਕੇਟਿਡ ਮੈਥਡ ਹੋ ਜਾਂਦਾ ਆ ਜਿਹੜਾ ਕਿ ਅਸਿੰਕਰੋਨਸ ਜਿਹੜਾ ਡੇਟਾ ਟ੍ਰਾਂਸਮਿਸ਼ਨ ਸੀ ਉਹ ਕੀ ਸੀ ਈਜ਼ੀ ਟੂ ਇੰਪਲੀਮੈਂਟ ਕਰ ਸਕਦੇ ਸੀ ਬਟ ਇਹਦੇ ਵਿੱਚ ਜਿਹੜਾ ਹੈ ਇਹ ਡੇਟਾ ਬਹੁਤ ਹੀ ਕੰਪਲੀਕੇਟਿਡ ਹੋ ਜਾਂਦਾ ਹੈ ਡੇਟਾ ਨੂੰ ਸੈਂਡ ਕਰਨ ਦੇ ਲਈ ਸੋ ਇਹ ਸੀਗਾ ਆਪਣਾ ਸਿੰਕਰੋਨਸ ਡੇਟਾ ਟ੍ਰਾਂਸਮਿਸ਼ਨ ਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ ਥੈਂਕ ਯੂ ਸੋ ਮਚ